ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਅਸੀਂ ਚਰਚਾ ਕਰਾਂਗੇ ਕਿ ਸਮਾਜਿਕ ਸਮਾਨਤਾ ਕੀ ਹੁੰਦੀ ਹੈ ਅਤੇ ਸਮਾਜਿਕ ਸਮਾਨਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਅਸੀਂ ਕੁਐਸਚਨ, ਸਮਾਜਿਕ ਸਮਾਨਤਾ ਦੇ ਅਰਥ ਕੀ ਹਨ। ਸਮਾਜਿਕ ਸਮਾਨਤਾ ਦਾ ਅਰਥ ਹੈ ਕਿ ਕਿਸੇ ਵੀ ਵਿਅਕਤੀ ਨਾਲ ਜਾਤ, ਜਨਮ, ਰੰਗ, ਨਸਲ, ਧਰਮ ਆਦਿ ਕਿਸੇ ਵੀ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਅਤੇ ਸਾਰੇ ਵਿਅਕਤੀਆਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਦੇ, ਉੱਨਤੀ ਕਰਨ ਦੇ ਸਮਾਨ ਮੌਕੇ ਪ੍ਰਾਪਤ ਹਨ। ਕਿਸੇ ਵੀ ਆਧਾਰ ਤੇ ਸਮਾਜ ਦਾ ਕੋਈ ਵਰਗ ਦੂਸਰੇ ਵਰਗ ਤੋਂ ਉੱਪਰ ਨਹੀਂ ਹੈ, ਸ੍ਰੇਸ਼ਠ ਨਹੀਂ ਹੈ ਤੇ ਨਾ ਹੀ ਕੋਈ ਵਰਗ ਨੀਵਾਂ ਹੈ। ਜਿੱਥੇ ਇਹ ਸਾਰੀਆਂ ਵਿਵਸਥਾਵਾਂ ਹੋਣਗੀਆਂ, ਅਸੀਂ ਮੰਨਦੇ ਹਾਂ ਕਿ ਉਸ ਸਮਾਜ ਦੇ ਵਿੱਚ ਸਮਾਜਿਕ ਸਮਾਨਤਾ, ਸੋਸ਼ਲ ਇਕੁਐਲਿਟੀ ਪਾਈ ਜਾਂਦੀ ਹੈ। ਅਰਥਾਂ ਤੋਂ ਬਾਅਦ ਆਓ ਚਰਚਾ ਕਰਦੇ ਹਾਂ ਕਿ ਸਮਾਜਿਕ ਸਮਾਨਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਕਿਹੜੀਆਂ ਹਨ। ਪਹਿਲੀ ਵਿਸ਼ੇਸ਼ਤਾ ਹੈ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ, ਐਬਸੈਂਸ ਆਫ ਸਪੈਸ਼ਲ ਪ੍ਰਿਵਿਲੇਜ। ਸਮਾਜ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਵਿਸ਼ੇਸ਼ ਰਿਆਇਤ, ਵਿਸ਼ੇਸ਼ ਅਧਿਕਾਰ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਸੇ ਵਿਅਕਤੀ ਦਾ ਕੋਈ ਵਿਸ਼ੇਸ਼ ਰੁਤਬਾ ਹੋਣਾ ਚਾਹੀਦਾ ਹੈ। ਸਾਰਿਆਂ ਦਾ ਜੋ ਸਟੇਟਸ ਹੈ, ਸੋਸ਼ਲ ਸਟੇਟਸ, ਉਹ ਬਰਾਬਰ ਹੋਣਾ ਚਾਹੀਦਾ ਹੈ। ਕਿੱਤਿਆਂ ਦੀ ਵੰਡ ਹਰ ਸਮਾਜ ਵਿੱਚ ਹੁੰਦੀ ਹੈ, ਪਰ ਕਿੱਤਿਆਂ ਦੀ ਵੰਡ ਦੀ ਸਮਾਜਿਕ ਦਰਜੇਬੰਦੀ ਨਹੀਂ ਹੋਣੀ ਚਾਹੀਦੀ। ਹਰ ਕੰਮ ਕਰਨ ਵਾਲੇ ਵਿਅਕਤੀ ਦਾ ਸਮਾਜਿਕ ਰੁਤਬਾ ਬਰਾਬਰ ਹੋਣਾ ਚਾਹੀਦਾ ਹੈ, ਚਾਹੇ ਕੋਈ ਹੱਥੀਂ ਕੰਮ ਕਰਦਾ ਹੈ, ਚਾਹੇ ਕਿਸੇ ਦੀ ਕੋਈ ਵਾਈਟ ਕਾਲਰ ਜੋਬ ਹੈ। ਸੋਸ਼ਲ ਸਟੇਟਸ ਹਰ ਵਿਅਕਤੀ ਦਾ ਸਮਾਨ ਹੋਣਾ ਚਾਹੀਦਾ ਹੈ। ਇਹਨਾਂ ਸ਼ਰਤਾਂ ਦੀ ਪੂਰਤੀ ਨਾਲ ਹੀ ਕਿਸੇ ਸਮਾਜ ਦੇ ਵਿੱਚ ਸਮਾਜਿਕ ਸਮਾਨਤਾ ਕਾਇਮ ਹੋ ਸਕਦੀ ਹੈ। ਕਿਸੇ ਵਿਅਕਤੀ ਨੂੰ ਜੇ ਉਹ ਕੋਈ ਵਿਸ਼ੇਸ਼ ਜ਼ਿੰਮੇਵਾਰੀ ਨਿਭਾ ਰਿਹਾ ਹੈ, ਕੋਈ ਵਧੇਰੇ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾ ਰਿਹਾ ਹੈ, ਤਾਂ ਕਈ ਵਾਰੀ ਉਸ ਨੂੰ ਫੈਸਲੇ ਲੈਣ ਵਿੱਚ ਸੁਸਾਇਟੀ ਦੇ ਅੱਗੇ ਰੱਖਿਆ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਕੋਈ ਜ਼ਿੰਮੇਵਾਰੀ ਦੇਣੀ ਹੈ ਜਾਂ ਕੋਈ ਕਿਸੇ ਵਿਅਕਤੀ ਦੀ ਜ਼ਿੰਮੇਵਾਰੀ ਦੇਣੀ ਹੈ, ਤਾਂ ਅਸੀਂ ਕਿਸੇ ਮੋਤਬਰ ਬੰਦੇ ਨੂੰ ਅੱਗੇ ਕਰਦੇ ਹਾਂ। ਮੋਤਬਰ ਬੰਦੇ ਦਾ ਭਾਵ ਹੋਣਾ ਚਾਹੀਦਾ ਹੈ ਉਹ ਵਿਅਕਤੀ ਜਿਹੜਾ ਕੋਈ ਵਿਸ਼ੇਸ਼ ਯੋਗਦਾਨ ਦੇ ਰਿਹਾ ਹੈ। ਤਾਂ ਇਹ ਜੇਕਰ ਇਸ ਤਰ੍ਹਾਂ ਦੇ ਵਿਅਕਤੀ ਨੂੰ ਅੱਗੇ ਰੱਖਿਆ ਜਾਂਦਾ ਹੈ ਤਾਂ ਇਹ ਸਮਾਜਿਕ ਸਮਾਨਤਾ ਦੀ ਉਲੰਘਣਾ ਨਹੀਂ ਹੈ। ਪਰੰਤੂ ਜਦੋਂ ਕਿਸੇ ਵਿਅਕਤੀ ਨੂੰ ਇਸ ਕਰਕੇ ਮੋਤਬਰ ਸਮਝਿਆ ਜਾਂਦਾ ਹੈ ਕਿ ਉਹ ਵਿਅਕਤੀ ਅਮੀਰ ਹੈ ਜਾਂ ਉੱਚੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਜਾਂ ਕਿਸੇ ਵਿਸ਼ੇਸ਼ ਧਰਮ ਨਾਲ ਸੰਬੰਧਿਤ ਰੱਖਦਾ ਹੈ ਜਾਂ ਉੱਚੀ ਕਾਸਟ ਨੂੰ ਬਿਲੋਂਗ ਕਰਦਾ ਹੈ ਜਾਂ ਕਿਸੇ ਵਿਸ਼ੇਸ਼ ਨਸਲ ਨੂੰ ਬਿਲੋਂਗ ਕਰਦਾ ਹੈ, ਤਾਂ ਇਹ ਸਮਾਜਿਕ ਸਮਾਨਤਾ ਦੀ ਉਲੰਘਣਾ ਹੈ। ਭਾਵ ਜੇ ਕਿਸੇ ਨੂੰ ਵਿਸ਼ੇਸ਼ ਦਰਜਾ ਦੇਣਾ ਹੈ ਤਾਂ ਉਹ ਉਸ ਦੇ ਕਰੈਕਟਰ ਦੇ ਆਧਾਰ 'ਤੇ, ਉਸ ਦੀਆਂ ਜ਼ਿੰਮੇਵਾਰੀਆਂ ਦੇ ਆਧਾਰ 'ਤੇ ਤਾਂ ਦਿੱਤਾ ਜਾ ਸਕਦਾ ਹੈ, ਪਰੰਤੂ ਉਸ ਦੇ ਜਨਮ ਜਾਤ ਦੇ ਆਧਾਰ 'ਤੇ ਨਹੀਂ ਦਿੱਤਾ ਜਾਣਾ ਚਾਹੀਦਾ, ਨਹੀਂ ਤਾਂ ਇਹ ਸਮਾਜਿਕ ਸਮਾਨਤਾ ਦੀ ਉਲੰਘਣਾ ਹੋਵੇਗੀ। ਦੂਸਰੀ ਵਿਸ਼ੇਸ਼ਤਾ ਹੈ ਵਿਤਕਰੇ ਦੀ ਮਨਾਹੀ, ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ। ਸਮਾਜਿਕ ਸਮਾਨਤਾ ਦਾ ਸਿਧਾਂਤ ਮੰਗ ਕਰਦਾ ਹੈ ਕਿ ਕਿਸੇ ਵੀ ਵਰਗ ਨਾਲ ਜਾਤ, ਰੰਗ, ਨਸਲ, ਧਰਮ, ਖੇਤਰ ਆਦਿ ਦੇ ਆਧਾਰ 'ਤੇ ਕੋਈ ਵਿਤਕਰਾ ਨਾ ਕੀਤਾ ਜਾਵੇ ਅਤੇ ਸਮਾਜ ਦੀ ਨਜ਼ਰ ਵਿੱਚ ਸਾਰੇ ਵਿਅਕਤੀ ਬਰਾਬਰ ਹੋਣ। ਸਮਾਜ ਦੀਆਂ ਜ਼ਿੰਮੇਵਾਰੀਆਂ ਦੀ ਵੰਡ ਯੋਗਤਾ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ, ਨਾ ਕਿ ਜਨਮ ਜਾਤ ਦੇ ਆਧਾਰ 'ਤੇ। ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿੱਚ ਵੀ ਸਾਰੇ ਵਿਅਕਤੀਆਂ ਨੂੰ ਸਮਾਨਤਾ ਹੋਣੀ ਚਾਹੀਦੀ ਹੈ। ਧਾਰਮਿਕ ਸੰਸਥਾਵਾਂ ਦੇ ਦਰਵਾਜ਼ੇ ਸਾਰੇ ਵਿਅਕਤੀਆਂ ਲਈ ਖੁੱਲ੍ਹੇ ਹੋਣੇ ਚਾਹੀਦੇ ਹਨ। ਸਮਾਜਿਕ ਸੰਸਥਾਵਾਂ, ਸਭਾ ਸੁਸਾਇਟੀਆਂ, ਉੱਥੇ ਵੀ ਸਾਰੇ ਵਿਅਕਤੀਆਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ। ਜਿਹੜਾ ਕੋਈ ਸਮਾਂ ਦੇ ਸਕਦਾ ਹੈ ਉੱਥੇ ਸਮਾਜਿਕ ਪ੍ਰੋਗਰਾਮਾਂ ਦੇ ਵਿੱਚ, ਉਹਨਾਂ ਨੂੰ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਹੈ ਕਿ ਉਹ ਬਰਾਬਰਤਾ ਦੇ ਆਧਾਰ 'ਤੇ ਕਿਸੇ ਸਮਾਜਿਕ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਤੀਸਰੀ ਵਿਸ਼ੇਸ਼ਤਾ ਹੈ ਮੌਕਿਆਂ ਦੀ ਸਮਾਨ ਉਪਲਬਧਤਾ, ਅਵੇਲੇਬਿਲਿਟੀ ਆਫ ਇਕੁਅਲ ਅਪੋਰਚੁਨਿਟੀਜ਼। ਸਮਾਜ ਦੇ ਸਾਰੇ ਵਰਗਾਂ ਦੇ ਵਿਅਕਤੀਆਂ ਨੂੰ ਆਪਣੇ ਜੀਵਨ ਵਿੱਚ ਉੱਨਤੀ ਲਈ ਸਮਾਨ ਮੌਕੇ ਮਿਲਣੇ ਚਾਹੀਦੇ ਹਨ। ਕੋਈ ਵੀ ਕਿੱਤਾ ਜਾਂ ਸਿੱਖਿਆ ਦਾ ਖੇਤਰ ਕਿਸੇ ਵਿਸ਼ੇਸ਼ ਵਰਗ ਲਈ ਰਾਖਵਾਂ ਨਹੀਂ ਹੋਣਾ ਚਾਹੀਦਾ। ਕੋਈ ਕਿੱਤਾ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਕਿੱਤਾ ਇਸੇ ਕੈਟੇਗਰੀ ਦੇ ਲੋਕ ਕਰ ਸਕਦੇ ਹਨ। ਸਿੱਖਿਆ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ ਇਸੇ ਵਰਗ ਦੇ ਲੋਕ, ਇਸੇ ਕਾਸਟ ਦੇ ਲੋਕ ਜਾਂ ਇਸੇ ਧਰਮ ਦੇ ਲੋਕ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਸਾਰੇ ਕਿੱਤੇ, ਸਾਰੇ ਤਰ੍ਹਾਂ ਦੀ ਸਿੱਖਿਆ ਸਾਰੇ ਵਰਗਾਂ ਲਈ ਸਾਂਝੀ ਹੋਣੀ ਚਾਹੀਦੀ ਹੈ, ਖੁੱਲ੍ਹੀ ਹੋਣੀ ਚਾਹੀਦੀ ਹੈ। ਸਰਕਾਰੀ ਪਦਵੀਆਂ ਦੀ ਲਈ ਜੋ ਭਰਤੀ ਹੈ ਉਹ ਯੋਗਤਾ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਇਹਨਾਂ ਪਦਵੀਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਵਰਗਾਂ ਨੂੰ ਉਚਿਤ ਮੌਕੇ ਮਿਲਣੇ ਚਾਹੀਦੇ ਹਨ। ਇਹ ਜੋ ਪਦਵੀਆਂ ਨੇ ਉਹ ਕਿਸੇ ਖਾਸ ਵਰਗ ਲਈ ਰਾਖਵੀਆਂ ਨਹੀਂ ਹੋਣੀਆਂ ਚਾਹੀਦੀਆਂ। ਸੁਰੱਖਿਅਕ ਵਿਤਕਰੇ ਦੀ ਵਿਵਸਥਾ ਹੋਣੀ ਚਾਹੀਦੀ ਹੈ, ਪ੍ਰੋਟੈਕਟਿਵ ਡਿਸਕ੍ਰਿਮੀਨੇਸ਼ਨ ਹੋਣੀ ਚਾਹੀਦੀ ਹੈ ਸਮਾਜਿਕ ਸੁਰੱਖਿਆ ਨੂੰ ਬਹਾਲ ਕਰਨ ਲਈ, ਕਿਉਂਕਿ ਸੁਰੱਖਿਅਕ ਵਿਤਕਰਾ ਸਮਾਜਿਕ ਸੁਰੱਖਿਆ ਸਮਾਨਤਾ ਦਾ ਵਿਰੋਧੀ ਨਹੀਂ ਹੈ। ਭਾਵੇਂ ਜੋ ਵਿਤਕਰਾ ਹੈ ਉਹ ਸਮਾਜਿਕ ਸਮਾਨਤਾ ਦਾ ਵਿਰੋਧੀ ਹੈ, ਪਰੰਤੂ ਜੋ ਸੁਰੱਖਿਅਕ ਵਿਤਕਰਾ ਹੈ, ਪ੍ਰੋਟੈਕਟਿਵ ਡਿਸਕ੍ਰਿਮੀਨੇਸ਼ਨ ਹੈ, ਉਹ ਸਮਾਜਿਕ ਸੁਰੱਖਿਆ ਦਾ ਅਸੀਂ ਕਹਿ ਸਕਦੇ ਹਾਂ ਸੁਰੱਖਿਅਕ ਹੈ। ਕਈ ਵਾਰੀ ਸਮਾਜ ਦੇ ਵਿੱਚ ਕਿਉਂਕਿ ਇੰਨੀਆਂ ਗੰਭੀਰ
ਇਨਇਕੁਐਲਿਟੀਜ਼ ਪੈਦਾ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਕੇਵਲ ਮੌਕਿਆਂ ਦੀ ਬਰਾਬਰੀ ਦੇ ਆਧਾਰ 'ਤੇ ਪੂਰਾ ਨਹੀਂ ਕੀਤਾ ਜਾ ਸਕਦਾ। ਜੇ ਇੱਕ ਵਿਅਕਤੀ ਬਹੁਤ ਕਮਜ਼ੋਰ ਹੈ, ਬਾਕੀ ਵਿਅਕਤੀ ਬਹੁਤ ਸਟਰੋਂਗ ਹਨ, ਜੇ ਅਸੀਂ ਉਹਨਾਂ ਨੂੰ ਕਹੀਏ ਕਿ ਮੌਕੇ ਸਮਾਨ ਦੇ ਦਾਂਗੇ ਅਤੇ ਇਹ ਬਰਾਬਰ ਦੀ ਰੇਸ ਲਗਾ ਲੈਣਗੇ ਤਾਂ ਉਹ ਪੋਸੀਬਲ ਨਹੀਂ ਹੁੰਦਾ। ਅਜਿਹੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਕਾਨੂੰਨ ਨੂੰ ਸੁਰੱਖਿਅਕ ਵਿਤਕਰੇ ਦੀ ਵਿਵਸਥਾ ਕਰਨੀ ਚਾਹੀਦੀ ਹੈ। ਜਿਵੇਂ ਭਾਰਤ ਦੇ ਵਿੱਚ ਪੰਚਾਇਤਾਂ ਦੇ ਵਿੱਚ, ਮਿਊਂਸੀਪਲ ਕਮੇਟੀਆਂ ਦੇ ਵਿੱਚ ਇਸਤਰੀਆਂ ਲਈ ਸੀਟਾਂ ਰਿਜ਼ਰਵ ਰੱਖੀਆਂ ਜਾਂਦੀਆਂ ਨੇ, ਕਿਉਂਕਿ ਸਦੀਆਂ ਤੋਂ ਭਾਰਤ ਦੇ ਵਿੱਚ ਸਮਾਜ ਪੁਰਸ਼ ਪ੍ਰਧਾਨ ਰਿਹਾ ਹੈ, ਜੋ ਸਾਡੇ ਰਾਜਨੀਤਿਕ ਫੈਸਲੇ ਨੇ ਉਹ ਪੁਰਸ਼ ਕਰਦੇ ਰਹੇ ਹਨ। ਇਸਤਰੀਆਂ ਦੀ ਕੋਈ ਪ੍ਰਤੀਨਿਧਤਾ ਨਹੀਂ ਹੁੰਦੀ ਸੀ ਸਾਡੀ ਪੋਲੀਟਿਕਸ ਦੇ ਵਿੱਚ, ਜੇ ਹੁੰਦੀ ਸੀ ਤਾਂ ਬਹੁਤ ਘੱਟ ਹੁੰਦੀ ਸੀ ਅਤੇ ਉਹ ਸੈਕਿੰਡ ਕਲਾਸ ਦੀ ਹੁੰਦੀ ਸੀ। ਉਹਨਾਂ ਨੂੰ ਬਰਾਬਰ ਪ੍ਰਤੀਨਿਧਤਾ ਦੇਣ ਲਈ ਭਾਰਤ ਦੇ ਕਾਨੂੰਨ ਵਿੱਚ ਕਈ ਰਾਜਾਂ ਦੇ ਵਿੱਚ 33% ਅਤੇ ਕਈਆਂ ਦੇ ਵਿੱਚ 50% ਤੱਕ ਸੀਟਾਂ ਨੇ ਜੋ ਉਹ ਲੋਕਲ ਗੌਰਮੈਂਟ ਦੇ ਵਿੱਚ ਇਸਤਰੀਆਂ ਲਈ ਰਿਜ਼ਰਵ ਰੱਖੀਆਂ ਗਈਆਂ ਨੇ। ਇਸ ਨੂੰ ਅਸੀਂ ਵਿਤਕਰਾ ਨਹੀਂ ਕਰ ਸਕਦੇ, ਇਸ ਨੂੰ ਅਸੀਂ ਸੁਰੱਖਿਅਕ ਵਿਤਕਰੇ ਦੀ ਕੈਟੇਗਰੀ ਵਿੱਚ ਰੱਖਦੇ ਹਾਂ, ਕਿਉਂਕਿ ਇਸਤਰੀ ਅਤੇ ਪੁਰਸ਼ ਦਾ ਜੋ ਰਾਜਨੀਤਿਕ ਖੇਤਰ ਦੇ ਵਿੱਚ ਡਿਫਰੈਂਸ ਹੈ ਉਹ ਇੰਨਾ ਜ਼ਿਆਦਾ ਹੈ ਪ੍ਰਤੀਨਿਧਤਾ ਦਾ ਕਿ ਇਸਤਰੀਆਂ ਨੂੰ ਇਹ ਵਿਸ਼ੇਸ਼ ਮੌਕਾ ਦਿੱਤੇ ਬਿਨਾਂ ਉਸ ਡਿਫਰੈਂਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਸੀ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।